ਫਿਜ਼ਾ ਦਰਵਾਜ਼ਾ ਖੋਲੇ ਆਈ ਅੰਦਰ ਇਹਨਾਂ ਬੀਬੀਆਂ ਦੇ ਪਾਸ ਦੇਖਿਆ ਦੇ ਤੁਹਾਡੇ ਚ ਇੱਕ ਬੱਚੀ ਹੈ ਜਿਹਦਾ ਨਾਂ ਹਮੀਦਾ ਏ ਪੁੱਤਰ ਹੈ ਇਹ ਗੱਲ ਉਹਦੇ ਨਾਲ ਕਰੇ ਸਾਂ ਪਰਦਾਦਾਰਾਂ ਤੋਂ ਡੇਕਿਆ ਦੀ ਇਹਨਾਂ ਕੋਲ ਪੁੱਛ ਲਏ ਹੁੰਦਾ ਪੁੱਤਰ ਹੀ ਮੈਂ ਆ ਹੁੰਦੀ ਦੇ ਮੈਂ ਆ ਆਦੀ ਜਿਗਰ ਤੇ ਹੱਥ ਰੱਖ ਜਿਗਰ ਤੇ ਹੱਥ ਰੱਖਾ ਸਾਦੀ ਤੇਰੇ ਬਾਬੇ ਦੀ ਲਾਸ਼ ਅਜਾ ਜ਼ਮੀਨ ਤੇ ਨਹੀਂ ਆਈ ਚਾਰ ਹਰਾਮੀ ਭਜਦੇ ਆਏ ਨ ਤੇਰੇ ਪਿਓ ਦੇ ਸੱਜੇ ਪੇਰ ਚ ਰੱਸੀ ਪਾ ਕੇ ਕਿਵੇਂ ਲਿਉਂ ਬਾਜ਼ਾਰ ਕਿਵੇਂ ਲਿਉਂ ਗਲੀ ਮੈਂ ਕਫਨ ਮੋਢੇ ਤੇ ਚਾ ਕੇ ਆਦੀ ਰਹੀਆਂ ਦਫਨਾਓ ਚਾ ਮਹਿਮਾਨ ਹੁਣ ਤੁਹਾਡੇ ਸਾਹਮਣੇ ਜ਼ਾਕਰੇ ਵਾਲੇ ਬੈ ਜਨਾਬ ਨਕਤ ਹੁਸੈਨ ਜਾਖੜੀ ਸਾਹਿਬ ਬਸਤ ਦੁਆ ਬਰੇ ਹੁਜਤ ਖੁਦਾ ਬਿਸਮਿਲ੍ਲਾਹ ਰਹਿਮਾਨ ਰਹੀਮ ਅੱਲਾਹੁਮ ਕੁੱਲ ਵਲੀ ਕਲ ਹੁਜਤ ਇਬਨ ਅਲ ਹਸਨ ਅਲੈਹਿ ਸਲਾਮ ਸਲਵਾਤੁਕਾ ਅਲੈਹਿ ਵਅਲਾ ਅਬਾਇਹਿ في هذه ساعات وفي كل ساعات من ساعات الليل والنهار ولي وحافظ وقائد وناصر ودليل وعنا حتى تسكنه ورزقك توان وتمتعه فيها طويلا بسم الله الرحمن الرحيم رب اشرح لي صدري ويسر لي امري واحلل عقدة من لساني يفقهوا قولي بحق ਰਹਿਮਾਨ ਸਲੀ ਅਲਾ ਮੁਹੰਮਦ ਵਾਲ ਮੁਹੰਮਦ ਵਜਲ ਫਰਜਾ ਅਲ ਮੁਹੰਮਦ ਸਲਵਾਤ ਸਾਰੇ ਸਹਿਬਾਨ ਬੁਲੰਦ ਵਾਲ ਨਾਲ ਪੜ੍ਹ ਅਜ਼ੀਮ ਇਬਾਦਤ ਹੈ ਸਲਵਾਤ ਦਾ ਪੜ੍ਹਨਾ ਸਵਾਬ ਹੈ ਸਾਰੇ ਸਹਿਬਾਨ ਬੁਲੰਦ ਸਲਵਾਤ ਪੜ੍ਹੋ ਅੱਲਾਹੁਮਾ ਸਲੀ ਅਲਾ ਮੁਹੰਮਦ ਵਾਲ ਮੁਹੰਮਦ ਨਾਰਾਏ ਤਕਬੀਰ ਅੱਲਾਹ ਅਕਬਰ ਖਾਲਿਕ ਕਾਇਨਾਤ ਦਾ ਨਾਮ ਬੁਲੰਦ ਹੈ ਸਾਰੇ ਬੁਲੰਦ ਆਵਾਜ਼ ਨਾਮ ਚ ਸੋ ਨਾਰਾਏ ਤਕਬੀਰ ਅੱਲਾਹ ਅਕਬਰ ਨਾਰਾ ਰਿਸਾਲਤ ਯਾ ਰਸੂਲ ਅੱਲਾ ਨਾਰਾ ਰਿਸਾਲਤ ਯਾ ਰਸੂਲ ਅੱਲਾ ਨਾਰਾ ਹੈਦਰੀ ਹਰ ਹਲਾਲੀ ਤੇ ਵਾਜਿਬ ਹੈ ਨਾਮ ਹੈਦਰ ਦੀ ਗੂੰਜ ਹੋਵੇ ਯਕ ਜ਼ੁਬਾਨ ਕੁੱਲੇ ਇਮਾਨ ਨਾਰਾ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਜ਼ਿੰਦਾ ਸਲਾਮਤ ਰਹੋ ਸਭ ਤੋਂ ਪਹਿਲੇ ਦੁਆ ਹੈ ਕਿ ਤੁਸੀਂ ਤਮਾਮ ਮੁਮਿਨੀਨ ਦਾ ਇਸ ਪਾਕ ਮੁਕੱਦਸ ਔਰ ਤਾਹਿਰ ਦਰਬਾਰ ਵਿੱਚ ਟੁਰਾਇਆ ਪਾਕ ਸੈਯਦਾ ਆਪਣੀ ਬਾਰਗਾਹ ਵਿੱਚ ਕਬੂਲ ਤੇ ਮਨਜ਼ੂਰ ਫਰਮਾਵੇ ਦੁਆ ਹੈ ਬਾਨੀਆਂ ਨੇ ਮਜਲਿਸ ਮੇਰੇ ਨਿਹਾਇਤ ਵਾਜਬੁਲ ਮੁਕਾਮ ਦਾ ਇਹ ਸਫੇ ਅਜ਼ਾ ਬਿਛਾਇਆ ਜ਼ਾਕਰੀਨ ਦੀ ਪੜ੍ਹਾਈ ਮੈਂ ਹਕੀਰ ਦੀ ਨੌਕਰੀ ਬਾਦਸ਼ਾਹ ਹੁਸੈਨ ਆਪਣੇ ਦਰਬਾਰ ਵਿੱਚ ਕਬੂਲ ਤੇ ਮਨਜ਼ੂਰ ਫਰਮਾਵੇ ਕਾਫੀ ਸਹਿਬਾਨ ਤਸ਼ਰੀਫ ਫਰਮਾ ਹੋ ਮੇਰੇ ਤੋਂ ਪਹਿਲੇ ਬਾਦਸ਼ਾਹ ਹੁਸੈਨ ਦੇ ਬਹੁਤ ਪਿਆਰੇ ਜ਼ਾਕਰ ਪੜ ਗਏ ਨੇ ਦੁਆ ਲੈਣ ਦੀ ਖਾਤਰ ਹਾਜ਼ਰ ਹੋਇਆ ਬਿਸਮਿਲ੍ਲਾ ਸਲਵਾਤ ਸਾਰੇ ਸਹਿਬਾਨ ਇੱਕ ਬੁਲੰਦ ਵਾ ਨਾਲ ਪੜ੍ਹੋ ਅੱਲਾਹੁਮਾ ਸਲੀ ਅਲਾ ਮੁਹੰਮਦ ਆਓ ਖਾਨ ਸਾਹਿਬ ਮੇਰੇ ਨਿਹਾਇਤ ਵਾਜਬੁਲ ਕਦਰ ਜਨਾਬ ਖਾਨ ਏਜਾਜ਼ ਸਾਹਿਬ ਵੀ ਤਸ਼ਰੀਫ ਫਰਮਾਏ ਨੇ ਕੋਈ ਜ਼ਿਆਦਾ ਦੇਰ ਨਹੀਂ ਦੁਆ ਲੈਣ ਦੀ ਖਾਤਰ ਹਾਜ਼ਰ ਹੋਇਆ ਬਹੁਤ ਦੂਰ ਦਾ ਸਫ਼ਰ ਕਰਕੇ ਜਨਾਬ ਦੀਆਂ ਜ਼ਿਆਰਤਾਂ ਦਾ ਸ਼ਰਫ ਹਾਸਿਲ ਹੋਇਆ ਮੇਰਾ ਦਿਲ ਹੈ ਕਿ ਆਪਣੀ ਨੌਕਰੀ ਦਾ ਆਗਾਜ਼ ਜਨਾਬ ਦੇ ਸਾਹਮਣੇ 4-17 ਬਾਦਸ਼ਾਹ ਹੁਸੈਨ ਦੀ ਸ਼ਾਨ ਤੋਂ ਬਿਆਨ ਕਰਾਂ ਚਾਚਾ ਮਲਿਕ ਨਵਾਜ਼ ਸਾਹਿਬ ਵੀ ਤਸ਼ਰੀਫ ਫਰਮਾਏ ਇਹਨਾਂ ਕੋਲ ਵੀ ਦੁਆ ਲੈਣੀ ਹੈ ਮੈਂ ਆਪਣੀ ਨੌਕਰੀ ਦਾ ਆਗਾਜ਼ ਇਸ ਬਾਤ ਤੋਂ ਕਰਨਾ ਚਾਹੁੰਦਾ ਕਿ ਜਹਾਨ ਸਾਰਾ ਮੈਂ ਫਿਰ ਕੇ ਡਿੱਠਾ ਹੁਸੈਨ ਤੂੰ ਵੱਧ ਅਜ਼ੀਮ ਕੋਈ ਨਹੀਂ ਬਹੁਤ ਮਿਹਰਬਾਨ ਮਾਂ ਹੁਸੈਨ ਦੀ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ ਜਹਾਨ ਸਾਰਾ ਮੈਂ ਫਿਰ ਕੇ ਡਿੱਠਾ ਹੁਸੈਨ ਤੂੰ ਵੱਧ ਅਜ਼ੀਮ ਕੋਈ ਨਹੀਂ ਬਾਬਾ ਜੀ ਮੈਂ ਸਾਰੇ ਨਬੀਆਂ ਤਦੀਦ ਕੀਤੀ ਹੁਸੈਨ ਤੂੰ ਵੱਧ ਕਰੀਮ ਕੋਈ ਨਹੀਂ ਜਿਹੜੇ ਹੁਸੈਨੀ ਬੈਠੇ ਹੋ ਮੈਂ ਸਾਰੇ ਨਬੀਆਂ ਤਦੀਦ ਕੀਤੀ ਹੁਸੈਨ ਤੂੰ ਵੱਧ ਕਰੀਮ ਕੋਈ ਨਹੀਂ ਭਾਈ ਜਾਨ ਖੁਦਾ ਦਾ ਹਰ ਇੱਕ ਰਸੂਲ ਥੱਕ ਗਏ ਇਹ ਦੀਨ ਹੱਕ ਦਾ ਇਲਾਜ ਕਰਕੇ ਹੁਸੈਨ ਦੱਸਿਆ ਹੁਸੈਨ ਤੂੰ ਵੱਧ ਹਕੀਮ ਕੋਈ ਨਹੀਂ ਬਿਸਮਿਲ੍ਲਾ ਸਲਵਾਤ ਸਾਰੇ ਸਹਿਬਾਨ ਬੁਲੰਦ ਆਵਾਜ਼ ਨਾਲ ਪੜ੍ਹੋ ਮੈਂ ਜ਼ਿਕਰ ਪਾਕ ਮੁਕੰਮਲ ਸ਼ੁਰੂ ਕਰਾਂ ਅੱਲਾਹੁਮਾ ਸੱਲੀ ਅਲਾ ਮੁਹੰਮਦ ਵਾਲ ਮਾਸ਼ਾ ਅੱਲਾ
ولا قوة الا بالله العلي العظيم اعوذ بالله من الشيطان اللعين الرجيم بسم الله الرحمن الرحيم بلند صلوات اللهم صل على محمد الحمد لله الذي نورا قلوبنا بمصائب الحسين غريب حسين مسافر حسين بابي بابي بہت سونے استقبال کیتا زیادہ غریب نا غریب کیتا اس تبھین دی چادر کیا بات ہے بھائی صدقے ملک سے پیغمبر اسلام دے دو نواسے آئین ایک امیر آئی ایک غریب آئی جڑا امیر آئی ان دے جنازہ چتیر آئین کیا بات ہے بھائی کیا بات ہے امیر دے جنازہ چ تیر آئین غریب دے جنازہ تیران تہا او جمبرا لیا او امیر دے میت گھر چایا اے بھینا تیر چھکے غریب دے ریا کوئی نہیں جتنے مکانی آئے بیٹھے ہو میں پیانا چھٹی کہے دو حسین دے مات مندی تے رنائی بھین دی کبار تے آکے سیدہ دینے تو پچھ دی ہاویں او کڈا وطان دو ایسو اے زخمی پور والا جی بابا میں نو کرا ہزار دفعہ پڑا اگر جڑ گئے ہو میں لفظ چینج کرنا چاہنا چھٹی کہے دو حسین دے بچڑے دی تے رنائی بھین دی کبار تے آکے سیدہ دینے تو پچھ دی ہاویں او کڈا وطان دو ویسو اے زخمی پور ولاوکے رنائی باگے دا بابا بھین دی کبر کو ہاند نال چلائے سا کبر کو ہاند نالا کیا دائے اٹھی دیکھ تا سید اور خون علودہ تے گھین آئی ویر ولا کے رو رو کیا دے جیڑے اکبر دی او جاگیر دے وچواں گھین گیا ہائی شمار لاؤ جی بسم اللہ میں نوکران چٹی دڑی اللہ ہاتھ نہ بان میں تیڑا نوکر جڑے ویلے باکر دے بابے بھین دی کبر تے آؤ کے دوران دا نام لی آیا ہر کہیں سنی آئے جی میں حسین دی دھی سنی ان کے نہیں سنی شبیر دی دھی کبر چتڑ پیئے کبر چوین کر گیا دی سجاد میں پاون نہیں میں دیکھ کان ڈکھ دیں کیا بات ہے بھائی کیا بات ہے رج رنی حسین بادشاہ دی دھی کبر چوین کر گیا دی سجاد میں پاون نہیں میں دیکھ کان ڈکھ دیں تے دور وطان تے ویر ولائیوان بی بی آدھی جے چولا ہے او میڈ ویر سگردہ میڈی کبار دے ویچے دفنائی واجہ راج رنی حسین دی دھی رو رو کیا دیے تسان ٹور ونجن آئے میں اتھرانا ہے دیکھ منہ تمسیر تلائی وانج کیڑی بی بی آدھی امی کون شمر دے شارت ہے وہ دفن کی تائی تاویز کبارتات آئی جی بسم اللہ میں نو کران زیادہ وقت نہیں میں لکھ دفعہ پڑھا میں لکھ دفعہ رج رنی اکبر دی بھین اسگر دے منڈے دی بھین رو رو کیا دیے کی میں دور پاوان میرے کان ڈکھ دے تے دور وطان تے ویر
ਵਲਾਈ ਵਾਂਗ ਬੀਬੀਆਂ ਦੀ ਅਜੇ ਚੋਲਾ ਹੈ ਅਲਗਵਾਏ 53 ਜੁਤਰਾ 120 ਜੁਬਾਰਾ 84 ਯਤੀਮਾਂ ਜੁਨਾ ਬਚਾ ਕੇ ਬਾਕਰ ਦਾ ਬਾਬਾ ਵਤਨ ਦਵਲ ਬੀਬੀਆਂ ਦੀ ਸਜਾਦ ਮੈਂ ਮਾਂ ਹੋ ਕੇ ਮਿੰਨਤ ਕਰੇ ਨੀਆਂ ਦੋ ਗੱਲਾਂ ਦਾ ਖਿਆਲ ਕਰੀ ਜਿਹੜੇ ਵੇਲੇ ਮੇਰੇ ਭਰਾਓ ਦਾ ਸ਼ਹਿਰ ਆਵੇ ਮੈਕੂੰ ਜਗ੍ਹਾ ਛੋੜ ਬੀਬੀਆਂ ਦੀ ਤੇਰੇ ਪਿਓ ਦੇ ਕਾਤਲਾ ਮੈਨੂੰ ਇਤਨਾ ਜਗਾਇਆ ਏ ਜੋ ਮੇਰੀ ਨਿਗਾਹ ਮੁੱਕ ਗਈ ਆਈ ਮੈਂ ਭਰਾਓ ਦਾ ਇਸਲਾਮ ਕਰਨਾ ਹੈ ਉੱਠੀ ਅਲਗਵਾਏ ਭਰਾਓ ਦੀ ਮੰਜ਼ਲ ਕਰਾਸ ਕਰਕੇ ਜਿਹੜੇ ਵੇਲੇ ਵਤਨ ਵਾਲੇ ਪਾਸੇ ਸਜਾਦ ਮੁਹਾਰ ਮਾਮਲਾਂ ਦੀ ਠੁਰਾਈ ਬੀਬੀ ਦੀ ਆਵਾਜ਼ ਆਈ ਸਜਾਦ ਬਸ਼ੀਰ ਨੂੰ ਆਖ ਮਦੀਨੇ ਐਲਾਨ ਕਰੇ ਜੋ ਮਦੀਨੇ ਵਾਲੇ ਵੱਲ ਆਏ ਇਹ ਨਾ ਆਖੇ ਜੋ ਮਦੀਨੇ ਦੇ ਸਰਦਾਰ ਵੱਲ ਆਏ ਬਸ਼ੀਰ ਨੂੰ ਆਖ ਜੋ ਮਦੀਨੇ ਵਾਲੇ ਵੱਲ ਆਏ ਅਕਬਰ ਦੇ ਜੀ ਮੈਂ ਬਿਸਮਿਲਾ ਨੌਕਰ ਅਕਬਰ ਦੇ ਪਾਲਣ ਵਾਲੀ ਮਾਂ ਬਾਦਸ਼ਾਹ ਸਜਾਦ ਵਾਲੇ ਪਾਸੇ ਦੇ ਕੇ ਆਦੀ ਸਜਾਦ ਬਸ਼ੀਰ ਨੂੰ ਆਖ ਜੋ ਮਦੀਨੇ ਵਾਲੇ ਵੱਲ ਆਏ ਲੇਕਿਨ ਬਸ਼ੀਰ ਨੂੰ ਆਖੀ ਦੋ ਐਲਾਨ ਕਰੇ ਜੋ ਮਦੀਨੇ ਵਾਲੇ ਵੱਲ ਆਏ ਤੇ ਦੂਜਾ ਐਲਾਨ ਕਰਕੇ ਆਖਿਆ ਵੀ ਹੁਸੈਨ ਦਾ ਕਾਫਲਾ ਵੱਲ ਆਇਆ ਵਾਹ ਬਾਈ ਵਾਹ ਕੀ ਬੱਚਿਆਈ ਬਾਕਰ ਦੇ ਬਾਬਾ ਕਾਫਲਾ ਪੂਰਾ ਆਈ 53 ਚੁਤਰਾਏ 120 ਚੁਬਾਰਾਂ 84 ਯਤੀਮਾਂ ਭਰੇ ਪੂਰ ਚੋਂ ਨੌ ਬਚਾ ਕੇ ਵੱਲਾਈ ਬਾਕਰ ਦਾ ਬਾਬਾ ਬੀਬੀ ਆਦੀ ਦੋ ਐਲਾਨ ਨਾ ਕਰੇ ਇੱਕ ਅਕਬਰ ਦੀ ਮੌਤ ਦਾ ਐਲਾਨ ਨਾ ਕਰੇ ਵਾਹ ਬਾਈ ਵਾਹ ਮਾਂ ਹੁਸੈਨ ਦੀ ਮੁਕਾਨ ਕਬੂਲ ਕਰੇ ਮੇਰੇ ਹਿੱਸੇ ਦੀ ਮਜਲਿਸ ਤਾਂ ਹੋ ਗਈ ਆਲੀਆ ਦਾ ਆਵਾਜ਼ ਆਇਆ ਇੱਕ ਅਕਬਰ ਦਾ ਐਲਾਨ ਨਾ ਕਰੇ ਤੇ ਦੂਜਾ ਮੈਂ ਜ਼ੈਨਬ ਦੀ ਕੈਦ ਦਾ ਐਲਾਨ ਨਾ ਕਰੇ ਵਾਹ ਬਾਈ ਵਾਹ ਛੁੜੇਂਦਾ ਪਿਆ ਦਾਮਨ ਵਕਤ ਗੁੰਜਾਇਸ਼ ਨਹੀਂ ਬੀਬੀ ਦੀ ਆਵਾਜ਼ ਆਈ ਹੈ ਬਸ਼ੀਰ ਨੂੰ ਆਖ ਦੋ ਐਲਾਨ ਨਾ ਕਰੇ ਇੱਕ ਅਕਬਰ ਦੀ ਮੌਤ ਦਾ ਐਲਾਨ ਨਾ ਕਰੇ ਦੂਜਾ ਮੈਂ ਉਜੜੀ ਦੀ ਕੈਦ ਦਾ ਐਲਾਨ ਨਾ ਕਰੇ ਮਦੀਨੇ ਦੇ ਬਾਹਰੋਂ ਆ ਮਾਮਲ ਰੁਕੇ ਮਜਮੈ ਤਰਾਇਕ ਦੇ ਬਾਹਰੋਂ ਜਿਹੜੇ ਵੇਲੇ ਮਾਹਮਲ ਰੁਕੇ ਨਾ ਜਨਾਬੇ ਸਜਾਦ ਬਸ਼ੀਰ ਨੂੰ ਆਦਾ ਬਸ਼ੀਰ ਵੰਜ ਮਦੀਨੇ ਐਲਾਨ ਕਰ ਮਹੱਲੇ ਬਣੀ ਹਾਸ਼ਮ ਵਿੱਚ ਦੋ ਐਲਾਨ ਨਾ ਕਰੀ ਇੱਕ ਅਕਬਰ ਦੀ ਮੌਤ ਦਾ ਐਲਾਨ ਨਾ ਕਰੀ ਦੂਜਾ ਜ਼ੈਨਬ ਦੀ ਕਹੇ ਤਾਂ ਮੇਰੀ ਮਾਂ ਦੁੱਖੇ ਪਾਸੇ ਵਾਲੀ ਮਾਂ ਦੀ ਧੀ ਦਾ ਹੁਕਮ ਹੈ ਜੋ ਮੈਡਾ ਐਲਾਨ ਨਾ ਕਰੇ ਮਿੰਬਰ ਹੁਸੈਨ ਦੀ ਕਸਮ ਬਸ਼ੀਰ ਟੁਰਦਾ ਟੁਰਦਾ ਮਹੱਲੇ ਬਣੀ ਹਾਸ਼ਮ ਵਿੱਚ ਦਾਖਲ ਹੋਵਣ ਦਾ ਇਰਾਦਾ ਕੀਤਾ ਜੋ ਕਿਆ ਦੇਦਾ ਇੱਕ ਦੀਵਾਰ ਦੇ ਨਾਲ ਇੱਕ ਜਵਾਨ ਰੋਂਦਾ ਖੜਾ ਹੁਣ ਕਰੋ ਸਵਾਲ ਨਜ਼ਾਕਤ ਅਬਾਸ ਉਹ ਜਵਾਨ ਕੌਣ ਆਈ ਉਹ ਤੈਦਾ ਤੇ ਮੇਰੇ ਮੁਰਸ਼ਿਦ ਅਬਾਸ ਦਾ ਪੁੱਤਰ ਆਈ ਜਿਹਦਾ ਨਾਮ ਅਬਦੁੱਲਾ ਬਸ਼ੀਰ ਦੀ ਆਵਾਜ਼ ਆਈ ਹੈ ਜਵਾਨ ਕੌਣ ਹੈ ਆਵਾਜ਼ ਆਈ ਹੈ ਮੈਂ ਇਬਨ ਅਬਾਸ ਮੈਂ ਅਬਾਸ ਦਾ ਪੁੱਤਰ ਹਾਂ ਬਸ਼ੀਰ ਫਰਮਾਇੰਦਾ ਕਿਵੇਂ ਆਇਆ ਤੇ ਕਦਨ ਆਇਆ ਰੋਕਿਆ ਦਾ ਮੈਂ ਕੋਈ ਹੁਣ ਆਇਆ ਮੈਂ ਕੁਛ ਸਾਲ ਮੁੱਕ ਗਿਆ ਆਦਾ ਮੈਂ ਕੋਈ ਸੁਗਰਾ ਦੇ ਕਾਸੇ ਦੀ ਇੰਤਜ਼ਾਰ ਹੈ ਮਤਾਂ ਕੋਈ ਜੀਂਦਿਆਂ ਦੀ ਖਬਰ ਰੱਖਦਾ ਹੋਵੇ ਅੱਲਾ ਗਵਾਹ ਜਿਹੜੇ ਵੇਲੇ ਜੀਂਦਿਆਂ ਦਾ ਨਾਮ ਆਇਆ ਬਸ਼ੀਰ ਦੀ ਢਾ ਬੁਲੰਦ ਹੋਈ ਅਬਦੁੱਲਾ ਲੈ ਪਾਸ ਦੇ ਗਿਆ ਦਾ ਵੰਜ ਮੁਬਾਰਕ ਹੋ ਵੀ ਮਦੀਨੇ ਵਾਲੇ ਵੱਲ ਆਏ ਅੱਲਾ ਗਵਾਹ ਅਬਦੁੱਲਾ ਉਠਾਇਆ ਜਿੱਥਾਂ ਡਾਡੀ ਉਮਲ ਬਨੀਨ ਬੈਠੀ ਆਈ ਹੈ ਬੀਬੀ ਦੀ ਆਵਾਜ਼ ਆਈ ਅਬਦੁੱਲਾ ਖੈਰ ਤਾਹੀਦ ਨੇ ਉਬਾਲੇ ਕਦਮ ਕਿਉਂ ਪਿਆਚੇ ਨੇ ਅੱਬਾਸ ਦਾ ਪੁੱਤ ਰੋ ਰੋ ਕਿਆ ਦਾ ਅੰਮਾ ਮੁਬਾਰਕ ਹੋ ਵੀ ਮਦੀਨੇ ਵਾਲੇ ਵੱਲ ਆਏ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਭਾਈ ਵਾਹ ਅੰਮਾ ਮੁਬਾਰਕ ਹੋ ਵੀ ਮਦੀਨੇ ਵਾਲੇ ਵੱਲ ਆਏ ਬੀਬੀ ਆਦੀ ਕਹਿਣ ਦੱਸਾ ਅੰਮਾ ਬਸ਼ੀਰ ਆਦੀ ਵਨ ਮੇਰੇ ਦਰਵਾਜ਼ੇ ਤੇ ਘੇਨਾ ਉਹ ਜੰਬਰ ਦੇ ਕਦਰ ਦਾ ਨਾਂ ਜਿਹੜੇ ਵੇਲੇ ਦਰਵਾਜ਼ੇ ਦਾ ਨਾਮ ਆਇਆ ਬਸ਼ੀਰ ਉੱਥਾ ਆਇਆ ਜਿੱਥਾ ਅੱਬਾਸ ਦੀ ਮਾਂ ਬੈਠੀ ਆਈ ਬੀਬੀ ਦੀ ਆਵਾਜ਼ ਆਈ ਹੈ ਬਸ਼ੀਰ ਐਲਾਨ ਤੋਂ ਕੀਤਾ ਦਇਆ ਹਾਂ ਮੇਰੀ ਸੈਨ ਐਲਾਨ ਤਾਂ ਮੈਂ ਕੀਤਾ ਹੈ ਆਦੀ ਮੈਂ ਕੋਈ ਇੱਕ ਗੱਲ ਦਾ ਜਵਾਬ ਦੇ ਜਿਹੜੇ ਕਾਫਲੇ ਦਾ ਐਲਾਨ ਕੀਤਾ ਉਹਦੇ ਵਿੱਚ ਅੱਬਾਸ ਹੀ ਹੈ ਆਦਾ ਬੀਬੀ ਤੇਰੀ ਗੁਰਬਾਦੀ ਕੇ ਸਮੇਂ ਅੱਬਾਸ ਸ਼ਹੀਦ ਹੋ ਗਿਆ ਜੱਟ ਚੁੱਪ ਕਰ ਗਈ ਬਾਤ ਉੱਠੀ ਕਿਆ ਦੀ ਮੈਂ ਕੋਈ ਇੱਕ ਗੱਲ ਦਾ ਜਵਾਬ ਦੇ ਮੇਰੇ ਪੁੱਤਰ ਨੂੰ ਮਾਰਨ ਵਾਲੇ ਕਿਤਨੇ ਆਏ ਬਸ਼ੀਰ ਦੀ ਆਵਾਜ਼ ਆਈ ਬੀਬੀ ਮਨ ਮੰਨੇ ਤੇਰੇ ਪੁੱਤਰ ਨੂੰ ਮਾਰਨ ਵਾਲੇ 9 ਲੱਖ ਇਸੇ ਇਤਲਾਹ ਦਾ ਜਨਾਬੇ ਹਨਫੀਆ ਕੋ ਪਤਾ ਲੱਗਾ ਹੈ ਜੋ ਆਪਣਾ ਕਾਲਾ ਲਿਬਾਸ ਹੈ ਬੇਤਨ ਕਰਕੇ ਘੋੜੇ ਤੇ ਸਵਾਰ ਹੋਇਆ ਮਦੀਨੇ ਦੇ ਬਾਹਰੋਂ ਆਇਆ ਕਿਆ ਦੇਦਾ ਹੈ ਇੱਕ ਜਵਾਨ ਨਹੀਂ ਕਮਜ਼ੋਰ ਬੁੱਢੜਾ ਰਾਤ ਬੈਠਾ ਰੋਂਦਾ ਹੈ ਜਨਾਬ ਅਨਫੀਆ ਦਾ ਮੁਸਾਫਿਰ ਰਾਹ ਛੋੜ ਮੇਰੇ ਨਾਲ ਪਰਦਾ ਦਾਰੇ
ਆਖਰ ਦਬਾਬੇ ਦੀ ਰਾਤ ਵਧੀਏ ਹੱਕਲ ਮਾਰ ਗਿਆ ਦਾ ਚਾਚਾ ਮੈਂ ਤੇਰੇ ਨੌਕਰਾ ਤੇਰੇ ਪਰਦੇ ਦਾਰਾਂ ਦਾ ਹੀ ਨੌਕਰਾ ਵਾਹ ਭਾਈ ਵਾਹ ਆਦਾ ਚਾਚਾ ਮੈਂ ਤੇਰੇ ਨੌਕਰਾਂ ਤੇਰੇ ਪਰਦੇਦਾਰਾਂ ਦੇ ਨੌਕਰਾਂ ਜਿਹੜੇ ਵੇਲੇ ਚਾਚੇ ਦਾ ਨਾਮ ਜਨਾਬੇ ਹਨਫੀਆ ਸੁਣੇ ਘੋੜੇ ਤੂੰ ਲਿਥਾ ਹੈ ਬਾਕਰ ਦੇ ਬਾਬੇ ਵਾਲੇ ਪਾਸ ਦੇ ਗਿਆ ਦੇ ਕੌਣ ਮੈਂ ਕੋ ਚਾਚਾ ਛੱਡਣ ਵਾਲਾ ਆਪਣੀ ਉਮਰ ਵੀ ਵੇਖ ਤੇ ਮੇਰੀ ਉਮਰ ਵੀ ਵੇਖ ਮੈਂ 34 ਸਾਲਾਂ ਦਾ ਜਵਾਨ ਆ ਤੂੰ 95 ਸਾਲ ਦਾ ਜ਼ਈਫ ਆਦਾ ਚਾਚਾ ਜਵਾਨੀ ਹੋਵੇ ਜਾਂ ਜ਼ਈਫੀ ਹੋਵੇ ਸੰਗੇ ਮੁਕਤ ਨਹੀਂ ਵਹਿੰਦੇ ਆਦਾ ਮੇਰੇ ਦੇਖ ਮੈਂ ਫਿਰਾਵਾ ਮੋਇਆ ਸਜਾਦਾ ਅੱਲਾ ਗਵਾਹ ਜਿਹੜੇ ਵੇਲੇ ਸਜਾਦ ਨਾਮ ਆਇਆ ਹੈ ਬਾਜਰ ਦੇ ਬਾਬੇ ਵਾਲੇ ਪਾਸੇ ਜਨਾਬੇ ਹਨਫੀਆ ਦਿੱਠੇ ਹੱਕਲ ਮਾਰ ਗਿਆ ਦਾ ਜੇ ਤੂੰ ਸਜਾ ਦੇ ਅੱਲਾ ਦੇ ਨਾਂ ਤੇ ਦੱਸਾਵੇਂ ਆ ਤੇਰੀ ਅੱਖਾਂ ਚੋਂ ਰਾਤ ਕਿਉਂ ਜਾਰੀ ਰਾਤ ਦਾ ਨਾਮ ਆਇਆ ਬਾਜਰ ਦਾ ਬਾਬਾ ਚਾਚੇ ਵਾਲੇ ਪਾਸ ਦੇ ਗਿਆ ਦਾ ਚਾਚਾ ਰਾਤ ਨਾ ਰੋਵਾਂ ਤੇ ਕੀ ਕਰਾਂ ਡਿੱਠੀ ਮਾਂ ਟੁਰਦੀ ਜੀ ਬਿਸਮਿਲਾ ਮੈਂ ਨੌਕਰਾਂ ਮੈਂ 1000 ਦਫ਼ਾ ਪੜਾ ਮਲਿਕ ਸਾਹਿਬ ਦਾ ਹੁਕਮੇ ਉਸ ਵੇਲੇ ਜਨਾਬੇ ਅਨਫੀਆ ਦੇ ਸਜਾਦ ਹੋ ਕੇ ਤੂੰ ਰਾਤ ਵਧਾ ਰੋਣਾ ਹੈ ਅਸਾਂ ਮਦੀਨੇ ਵਾਲੇ ਸੈਦ ਇੰਜ ਤਾਂ ਨਹੀਂ ਰੋਂਦੇ ਜਿਵੇਂ ਤੂੰ ਪਿਆ ਰੋਣਾ ਉੱਚਾ ਵੇਣ ਕਰ ਗਿਆ ਦਾ ਚਾਚਾ ਕਿਵੇਂ ਨਾ ਰੋਵਾਂ ਡਿੱਠੀ ਮਾਂ ਟੁਰਦੀ ਬਦਮਾਸ਼ਾ ਵਿੱਚ ਤੇ ਗਈਆਂ ਅੱਖੀਆਂ ਰੰਗ ਬਦਲਾਏ ਡਿੱਠੇ ਪਿਓ ਦੇ ਕਾਤਿਲ ਕੁਰਸੀਆਂ ਤੇ ਗਈਏ ਖੈਰਤ ਜਿਗਾਰ ਕੁਖਾਏ ਅਲਗ ਵਾਗੜੇ ਵੇਲੇ ਮੇਰੇ ਇਮਾਮ ਨੇ ਗੱਲ ਕੀਤੀ ਹੈ ਜਨਾਬੇ ਹਨਫੀਆ ਦੀ ਆਵਾਜ਼ ਆਈ ਹੈ ਵਤਾ ਮੈਂ ਤੇ ਕੁਨਾਨ ਨਾਲ ਮਿਲਾਵਾ ਸਜਾਦ ਮਾਮਲਾਂ ਦੀ ਮੁਹਾਰ ਉਡੇ ਕੀਤੀ ਹੈ ਜਿਹੜੇ ਪਾਸੇ ਨਾਨੇ ਦੀ ਕਬਰ ਆਈ ਕਬਰ ਤੇ ਮੱਥਾ ਮਾਰ ਗਿਆ ਦੇ ਨਾਨਾ ਮੇਰਾ ਸਲਾਮ ਵੀ ਆਦਾ ਨਾਨਾ ਮੇਰਾ ਸਲਾਮ ਹੋਵੇ ਵਤ ਅਲੀ ਬਾਦਸ਼ਾਹ ਦੀਦੀ ਨਾਨੇ ਦਾ ਸਲਾਮ ਕੀਤਾ ਕਬਰ ਚ ਆਵਾਜ਼ ਆਈ ਮੇਰੀ ਜ਼ੈਨਬ ਚੜੀ ਮੈਂ ਕੋਈ ਇੱਕ ਗੱਲ ਦਾ ਜਵਾਬ ਦੇ ਮੇਰੇ ਹੁਸੈਨ ਦਾ ਕੀ ਹਾਲ ਆਈ ਹੁਸੈਨ ਦਾ ਨਾਮ ਆਇਆ ਬੀਬੀਆ ਦੀ ਤੇਰੇ ਪੁੱਤਰ ਦੇ ਕਤਲ ਦੀ ਬਾਇਸ ਨਾਨਾ ਤੇਰੇ ਨੌ ਦੀ ਪੂਰੇ ਜਾਰੀ ਮੇਰੇ ਨਾਲ ਜਨਾਬ ਦੀਆਂ ਨੋਹਾਨ ਜਨਾ ਥਈਆਂ ਜੀ ਜਨਾਬ ਜਿਹੜਾ ਆਉਂਦਾ ਸਾਨੂੰ ਤਾਂ ਡਾਇਰੈਕਟ ਮੈਂਬਰ ਹੁਣ ਮੈਂ ਬਾਨੀਆਨ ਦੀ ਮੰਨਾ ਤੁਹਾਡੀ ਮੰਨਾ ਜ਼ਾਕਰੀਨ ਦੀ ਮੰਨਾ ਮੈਂ ਤਾਂ ਚਾਰ ਚ ਫਿਰ ਉਹ ਪਾ ਬੰਦ ਹੋ ਕੇ ਖੜਾ ਹੋਇਆ ਓ ਜੀ ਸਾਹਿਬ